बाहर खलोते मैं मुंडे तक लहदा ये सारे जने उदो साडे घर गए ने कोई बूहे दे घर मैं आखे आ जा मुड़के लोगों तक चका के बाहर लहदा तो मुड़के फिर बाहर तू बाद बैर छ मुड़के हूँ इधर मार के मुंडे नो तो साढ़े नौ सात सौ जाके बुआ धक्का मार के अंदर मर गए तो आ वेख लो सट्टा लगे धूम के लिया बहर बूटी के लीड़े पाड़े जा रहे जिहड़ा कतल किया वा जिहड़ा कतल किया किस चीज के नाल कतल किया वा ये न्याणे दातरां नाल पिछों की बाहर आ गई पहला मुंडा ही अजे तो बुढ़िया नाल आईया ने किसी ने कुछ मारे काम पै गया ना तो कचहरी का कोई केस उ काम पै गया मैंने फोन किया सर भी इदा करो चाहिए ना कल का साढ़े चार बजे का टाइम रख लो कहते कोई गल नहीं ठीक है जो सा मामा जी गए उत्थे उन्होंने जो इंस्पैक्टर अपने चौकी इंचार्ज है चंकरा बोलिया ने बहुत माड़ा बोलिया उन्होंने वजह का ही कारण कतल होया जे वो इंसान आ के इतने कार्रवाई करता इन्होंने पुछता भी की गलबात हुई है तो कतल कभी नहीं होता लड़ाई हुई चौकी इंचार्ज का मैं तुम्हें की ना दसते मेरे को परशोत्तम यार ਇਹ ਪ੍ਰਸ਼ੋਧਨ ਉਹਦੀ ਗਲਤੀ ਦਾ ਸਾਰਾ ਨਤੀਜਾ ਇਹੋ ਆ ਜੋ ਲੜਾਈ ਹੋਈ ਕਿਹੜੀ ਗੱਲੋਂ ਕਿਸ ਗੱਲ ਦੀ ਲੜਾਈ ਸੀ ਜੇ ਜਨਾਨੀ ਦਾ ਚੱਕਰ ਸੀ ਉਹਨਾਂ ਦੀ ਨੋਹ ਦਾ ਵਾ ਉਹਨਾਂ ਮੁੰਡੇ ਦਾ ਕੋਈ ਜੋ ਵੀ ਚੱਕਰ ਚੱਲਦਾ ਸੀ ਉਹ ਜਨਾਨੀ ਦਾ ਛੜ ਛੜਾਵਾ ਹੋਗਾ ਸਭ ਕੁਝ ਹੋਗਾ ਖਤਮ ਹੋਗਾ ਕੰਮ ਉਹਨਾਂ ਦਾ ਅੱਜ ਉਸੇ ਰੰਜਿਸ਼ ਨੂੰ ਲੈ ਕੇ ਇਹਨਾਂ ਦੇ ਜਿਹੜੇ ਆ ਕੰਮ ਕੀਤਾ ਕਰ ਲਏ ਜੀ ਸਾਡੀ ਜਨਾਨੀ ਨੇ ਕਰ ਉਹਦਾ ਤਾਂ ਛੜ ਛੜਾਵਾ ਹੋ ਗਿਆ ਉਹਦਾ ਮਤਲਬ ਕੋਈ ਰਿਹਾ ਕੋਈ ਚੀਜ਼ ਨਾ ਪਹਿਲਾਂ ਤੈਨੂੰ ਘਰ ਬੁਲਾ ਕੇ ਸਾਰੇ ਕੰਮ ਕਰਾਉਂਦੇ ਰਹੇ ਆ ਪੱਠੇ ਪਵਾ ਟਰੈਕਟਰ ਚਲਾ ਉਹਨਾਂ ਦੇ ਗਏ ਜੇ ਉਹਨਾਂ ਦੇ ਆਪਸ ਵਿੱਚ ਕੋਈ ਜ਼ਿਆਦਾ ਕੋਈ ਗੱਲਬਾਤ ਹੋ ਗਈ ਸਾਨੂੰ ਤਾਂ ਪਤਾ ਨਹੀਂ ਕੀ ਗੱਲ ਹੈ ਫਿਰ ਉਹਨਾਂ ਨੇ ਉਹ ਰੰਜਿਸ਼ ਦੇ ਕਰਕੇ ਉਹਨੂੰ ਚਲੋ ਕੁੱਟਿਆ ਮਾਰਿਆ ਇਹਨੂੰ ਵੀ ਕੁੱਟਿਆ ਬਥੇਰੀ ਯਾਰ ਹੱਥੋਂ ਪਾਈ ਹੋਏ ਨੇਗੇ ਫੈਸਲੇ ਵੀ ਹੋ ਗਏ ਨਾ ਤੇ ਕੋਰਟ ਦੇ ਵਿੱਚ ਨਾ ਕੇਸ ਵੀ ਚੱਲਦਾ ਪਿਆ ਹੈਗਾ ਕੋਈ ਉਹਦੇ ਵਿੱਚ ਇਹਨਾਂ ਨੇ ਫਿਰ ਕੋਈ ਰੰਜਿਸ਼ ਕੱਢ ਕੇ ਕੱਲ ਦੀ ਤਾਂ ਅੱਜ ਹੀ ਉਹਨਾਂ ਦਾ ਹੈਗਾ 4 ਵਜੇ ਹੀ ਜਾਣਾ ਹੈਗਾ ਤੇ 4 ਵਜੇ ਜਾਣ ਤੋਂ ਪਹਿਲਾਂ ਇਹਨਾਂ ਨੇ ਮੇਰੇ ਸੱਦੇ ਕੇ ਬੰਦੇ ਸੱਦੇ ਨੇ ਇਹ ਕੱਲਾ ਹੀ ਝਕਾਰ ਹੀਗਾ ਤਾਂ ਉਦੋਂ ਚਾਰ ਚਫੇਰੇ ਬੰਦੇ ਪੈ ਕੇ ਤੈਨੂੰ ਮਾਰ ਮ੍ਰਿਤਕ ਦਾ ਨਾਂ ਕੀ ਜਿਹਦੀ ਮੌਤ ਹੋਈ ਉਹਦਾ ਕੀ ਨਾਮ ਉਹਦਾ ਧਰਮਜੀਤ ਸਿੰਘ ਹੈ ਜੀ ਉਹਨਾਂ ਕੀ ਕੰਮਕਾਰ ਕਰਦਾ ਹੈ ਕੰਮਕਾਰ ਵਿਚਾਰਾ ਜੇ ਕੋਈ ਕੰਮ ਨਹੀਂ ਸੀ ਨੌਕਰੀ ਤੋਂ ਬਿਨਾਂ ਇਹ ਵਿਚਾਰਾ ਦਿਹਾੜੀ ਡਿਊਟੀ ਕਰ ਆਉਂਦਾ ਕਿਤੇ ਜਾ ਕੇ ਹਲਵਾਈਆਂ ਦੇ ਨਾਲ ਤੇ ਕੰਮ ਕੋਈ ਨਹੀਂ ਸੀ ਉਹਨਾਂ ਕੀ ਪੁੱਤਰ ਕੀ ਹਾਂਜੀ ਲਖਵਿੰਦਰ ਸਿੰਘ ਹਾਂਜੀ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਇੱਕ ਤਾਂ ਸੁਦੇਸ਼ ਆ ਤੇ ਇੱਕ ਦਾ ਨਾਮ ਹੈਗਾ ਉਹ ਇੱਕ ਮਿੰਟ ਮੈਨੂੰ ਮਿਲਦਾ ਉਹਨੇ ਉਹ ਕੀ ਨਾਮ ਸੁਖਦੇਵ ਸੁਖਦੇਵ ਆਹ ਜੋਗਨ ਉਹਦਾ ਮੁੰਡਾ ਕਿ ਜੋਗਨ ਹੈ ਦੁਬਾਰਾ ਦੱਸਿਓ ਕੋਈ ਕੀ ਨਾਮ ਹੈ ਸੁਖਦੇਵ ਸੁਖਦੇਵ ਤੇ ਜੋਬਨ ਤੇ ਇੱਕ ਮੋਲੀ ਮੋਲੀ ਕਾਸ਼ ਹਰੀ ਆਕਾਸ਼ ਹਰੀ ਇਹ ਬੰਦੇ ਦੇ ਕਾਫੀ ਸੂਰਜ ਇਹ ਮੁੰਡੇ ਕਾਫੀ ਜਾਣੇ ਇਕੱਠੇ ਹੋ ਕੇ ਪਏ ਨੇ ਉਸ ਟਾਈਮ ਸੰਮੀ ਦਾ ਵੀ ਲਿਖਾ ਸੰਮੀ ਸ਼ਮੇ ਸ਼ਿੰਦਾਵਾ ਲਾਗੇ ਇੱਕ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਜੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਵੀ ਇਹ ਜੋ ਵੀ ਇਹਨਾਂ ਨੇ ਕੀਤਾ ਗਲਤ ਕੀਤਾ ਵਾ ਤੇ ਇਹਨਾਂ ਨੂੰ ਜੋ ਵੀ ਬਣਦੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਨੌਜਵਾਨ ਪੁੱਤ ਮਾਰ ਦਿੱਤਾ ਗਿਆ ਵਾ ਕੋਈ ਨਹੀਂ ਚਲੋ ਗਲਤੀਆਂ ਹੁੰਦੀਆਂ ਵੀ ਆਈਆਂ ਵਾ ਸਜ਼ਾ ਵੀ ਹੁੰਦੀਆਂ ਆਈਆਂ ਵਾ ਬਹਿ ਕੇ ਥਾਣੇ ਵਿੱਚ ਦੇ ਦਿੰਦੇ ਜਾਂ ਕਿਤੇ ਵੀ ਜਾ ਕੇ ਜੋ ਵੀ ਸਜ਼ਾ ਬਣਦੀ ਸੀ ਪੰਚਾਇਤ 'ਚ ਦਿੱਤੀ ਜਾਂਦੀ ਸਜ਼ਾ ਦੇਣੀ ਚਾਹੀਦੀ ਸੀ ਜਿਹੜਾ ਕਤਲ ਕਰ ਦਿੱਤਾ ਗਿਆ ਇਹ ਬਹੁਤ ਗਲਤ ਕੰਮ ਕੀਤਾ ਗਿਆ ਚਲੋ ਗਲਤੀਆਂ ਹੁੰਦੀਆਂ ਵੀ ਆਈਆਂ ਮਾਫੀਆਂ ਹੁੰਦੀਆਂ ਆਈਆਂ ਵਾ ਪਰ ਜਿਹੜਾ ਇਹ ਕੰਮ ਗਲਤ ਕੀਤਾ ਨਾ ਕਤਲ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਉਹਦਾ ਜਵਾਨ ਪੁੱਤ ਸੀਗਾ ਉਹ ਤਾਂ ਕਿੰਨੀ ਆਸਾ ਸੀ ਉਹਨਾਂ ਨੂੰ ਤੇ ਸਾਰੇ ਪਿੰਡ ਦੇ ਹਾਂਜੀ ਇਹ ਪਿੰਡ ਦੇ ਹੀ ਜੇ ਸਾਰੇ ਜਿੰਨੇ ਨਹੀਂ ਆ ਠੀਕ ਹੈ ਮੈਂ ਹੀ ਸੁੱਤੇ ਹਾਂ ਜੀ ਅਸੀਂ ਸੁੱਤੇ ਉੱਠ ਕੇ ਬਾਹਰ ਆਏ ਹਾਂ ਤੇ ਬਾਹਰ ਰੌਲਾ ਪੈਂਦਾ ਵੇਖਿਆ ਵਾ ਹਾਂਜੀ ਤੇ ਇਹ ਬੰਦੇ ਉਹ ਲਿਖਣ ਲਾਇਆ ਕਿ ਬਾਹਰੋਂ ਆਏ ਪਏ ਆ ਤੇ ਮੈਂ ਜਿਹੜੇ ਬੰਦੇ ਕੁਛ ਵੇਖੇ ਬੰਦੇ ਮੈਂ ਸੁਰਿੰਦਰ ਸਿੰਘ ਵੇਖਿਆ ਹਾਂਜੀ ਉਦੇਸ਼ ਸੁਦੇਸ਼ ਸਿੰਘ ਵੇਖਿਆ ਸੁਖਦੇਵ ਸਿੰਘ ਵੇਖਿਆ ਆਪਣਾ ਸਨ ਆਫ ਕੀ ਹੈਗਾ ਕਿ ਕਿੱਥੋਂ ਇਹਨਾਂ ਰਹਿਣ ਸਾਡੇ ਪਿੰਡ ਦੇ ਨਹੀਂ ਜੀ ਸਾਰੇ ਬੰਦੇ ਕਿਹੜੇ ਪਿੰਡ ਦੇ ਨੰਗਲ ਦਿਆਲ ਸਿੰਘ ਦੇ ਤੇ ਜਿਹੜੇ ਮੁੰਡੇ ਨਾਲ ਦੁਰਘਟਨਾ ਹੋਈ ਉਹਨਾਂ ਦਾ ਨਾਂ ਕੀ ਹੈ ਜੀ ਉਹਦਾ ਨਾਮ ਧਰਮਜੀਤ ਸਿੰਘ ਉਹਦੇ ਪਿਤਾ ਜੀ ਦਾ ਨਾਂ ਲਖਵਿੰਦਰ ਸਿੰਘ ਜੀ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੁੰਦੇ ਜੀ ਪੁਲਿਸ ਪ੍ਰਸ਼ਾਸਨ ਕੋ ਮੈਂ ਇਹ ਮੰਗ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਮੇਰੇ ਭਤੀਜੇ ਨੂੰ ਲਖਵਿੰਦਰ ਸਿੰਘ ਦੇ ਬੇਟੇ ਨੂੰ ਸਵੇਰੇ 6 ਵਜੇ ਆਣ ਕੇ ਮਾਰਿਆ ਸੁੱਤਿਆਂ ਪਿਆ ਅਜੇ ਅਸੀਂ ਚਾਹ ਪੀਣ ਲੱਗੇ ਹਾਂ ਬਾਹਰ ਵੇਖਿਆ ਅਤੇ ਇਹਨਾਂ ਨੂੰ ਮਾਰਿਆ ਇਹ ਮਾਰ ਕੇ ਦੋਸ਼ੀ ਆ ਸਮੇਤ ਇਹਨਾਂ ਨਾਲ ਹੋਰ ਵੀ ਜੋੜ ਗਏ ਕਿਹੜੇ ਹਥਿਆਰ ਲੈ ਕੇ ਆਏ ਨਾਲ ਦੀ ਉਹ ਦੋਸ਼ੀ ਇਹਨਾਂ ਕੋਲ ਦਾਤਰ ਸੀਗੇ ਇੱਕ ਦਾਤਰ ਸੀ ਬੇਸਬਾਲ ਸੀ ਇੱਕ ਪਹਿਲਾਂ ਸਭ ਤੋਂ ਕਿੰਨੇ ਹਮਲਾ ਕੀਤਾ ਜੀ ਸ਼ਿੰਦੇ ਨੇ ਅਤੇ ਉਸ ਸੁਦੇਸ਼ ਨੇ ਤੁਸੀਂ ਮੌਕੇ 'ਤੇ ਜੀ ਅਸੀਂ ਮੌਕੇ 'ਤੇ ਛਡਾਉਣ ਲੱਗੇ ਬਾਕੀ ਮਗਰੋਂ ਹੋਰ ਮਟੀਰ ਇਹਨਾਂ ਲੈਂਦੀ ਸੀ ਉਹਨਾਂ ਮੇਰੇ ਇੱਟ ਮਾਰੀ ਆ ਅਤੇ ਇਹਦੀ ਮਾਂ ਦੇ ਇੱਕ ਇੱਟ ਵੱਜੀ ਆ ਉਹ ਮੱਥੇ 'ਤੇ ਵੱਜੀ ਆ ਇੱਕ ਕੋਈ ਹੋਰ ਬੰਦਾ ਸੀ ਇਹਨਾਂ ਦੇ ਵਿੱਚੋਂ ਉਹ ਉਹਦਾ ਘੁੱਗੀ ਰਾਜਪਾਲ ਹੋਣੀ ਉਹਨਾਂ ਬੰਦੇ ਮਤਲਬ ਉਹਨਾਂ ਮਾਰਿਆ ਇਹਨਾਂ ਦੇ ਆਪਣਾ ਦਾਤਰ ਮਾਰਿਆ ਲਖਵਿੰਦਰ ਸਿੰਘ ਦੇ ਉਹਦਾ ਵੀ ਬਹੁਤ ਜਿੱਦਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਨੇ ਛੱਡ ਕੇ ਆਏ ਆ ਜੀ ਇਹਨਾਂ ਦੀ ਰੰਜਿਸ਼ ਚੱਲ ਰਹੀ ਜੀ ਇਹਨਾਂ ਦੀ ਰੰਜਿਸ਼ ਚੱਲ ਜੀ ਇਹਨਾਂ ਦੀ ਨੌਂ ਨਿਕਲ ਗਈ ਸੀਗੀ ਹਾਂਜੀ ਅਤੇ ਉਹ ਨਾਂ ਲਾਉਂਦੇ ਸੀ ਸਾਡਾ ਵੀ ਉਹਦੇ ਵਿੱਚ ਇਹ ਮੁੰਡੇ ਧਰਮਜੀਤ ਦਾ ਹੱਥ ਹੈ
ਕਿੰਨੀ ਦੇਰ ਦੀ ਗੱਲ ਹੈ? ਇਹ ਕੋਈ ਸਾਲ ਸਵਾ ਸਾਲ ਤੋਂ ਗੱਲ ਚੱਲਦੀ ਆ ਰਹੀ ਹੈ ਜੀ। ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਵੀ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਬੰਦਿਆਂ ਨੂੰ। ਸਾਡੇ ਬੱਚੇ ਦਾ ਕੋਈ ਕਸੂਰ ਨਹੀਂ ਹੈ, ਕੱਢ ਕੇ ਕੋਈ ਬੰਦਾ ਲੈ ਗਿਆ ਤਾਂ ਨਾਂ ਸਾਡਾ ਲੱਗ ਜਾਂਦੇ ਆ। ਕੱਢ ਕੇ ਲੈ ਗਿਆ ਕੋਈ ਹੋਰ ਬੰਦਾ, ਕੋਈ ਦੀਪ ਨਾਂ ਦਾ ਬੰਦਾ ਵਾ ਜਿਹੜਾ ਇਹਨਾਂ ਦੀ ਨਹੁੰ ਕੱਢ ਕੇ ਲੈ ਗਿਆ, ਉੱਧਰ ਗੁਰਦਾਸਪੁਰ 'ਚ ਪਿੰਡ ਆ, ਮੈਨੂੰ ਪਤਾ ਨਹੀਂ ਉਹਦਾ, ਉਹ ਇਹਨਾਂ ਦੀ ਨਹੁੰ ਕੱਢ ਕੇ ਲੈ ਗਿਆ, ਇਹ ਸਾਡਾ ਨਾਂ ਲੱਗ ਜਾਂਦੇ ਆ। ਇਹਨਾਂ ਸਾਡੇ 'ਤੇ ਪਹਿਲਾਂ ਵੀ ਇੱਕ ਲੜਾਈ ਚੱਲੀ ਆ, ਪਹਿਲਾਂ ਵੀ ਮਾਰਿਆ ਸੀ ਇਹ ਮੁੰਡੇ ਨੂੰ। ਉਹ 326 ਦਾ ਪਰਚਾ ਜੰਡਿਆਲੇ ਥਾਣੇ ਦੇ ਵਿੱਚ ਇਹਨਾਂ ਦੇ ਅਗੇਂਸਟ ਦਰਜ ਆ। ਇਹਨਾਂ ਪਹਿਲਾਂ ਸਾਨੂੰ ਕੁੱਟ ਕੇ ਵੀ ਕਰਾ ਦਿੱਤਾ ਸੀ, ਸਾਡਾ ਕ੍ਰੋਸ ਵਰਸ਼ ਨੇ। ਮਿਤ੍ਰਕ ਦੀ ਕਿੰਨੀ ਉਮਰ ਜੀ? 27 ਸਾਲ ਹੋ ਗਏ ਜੀ, ਅਨਮੈਰਿਡ ਹੈ ਜੀ। ਹਾਂਜੀ ਸਰ, ਅੱਜ ਜਿਹੜਾ ਨੰਗਲ ਪਿੰਡ ਦੇ ਵਿੱਚ ਕਤਲ ਹੋਇਆ, ਕੀ ਕਹਿਣਾ ਚਾਹੋਗੇ ਜੀ? ਲੜਕਾ ਧਰਮਜੀਤ ਸਿੰਘ, ਥੋੜ੍ਹਾ ਅਰਲੀ ਮਾਰਨਿੰਗ ਸਾਡਾ ਸ਼ਡਿਊਲ ਲੱਗ ਦੇ ਵਿੱਚ ਇੱਥੇ ਕਤਲ ਹੋਇਆ ਉਹ, ਅਤੇ ਸਾਰੀ ਪੁਲਿਸ ਵੀ ਆਈ ਹੈ ਪਿੰਡ ਦੇ ਵਿੱਚ, ਅਤੇ ਆਪਾਂ ਵੀ ਇੱਥੇ ਹਾਜ਼ਰ ਹਾਂ, ਅਤੇ ਫੜਦੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾ ਰਹੀ ਹੈ। ਜਿਹੜੇ ਜ਼ਖਮੀ ਨੇ ਇਸ ਇੰਸੀਡੈਂਟ ਦੇ ਵਿੱਚ ਉਹਨੂੰ ਹਸਪਤਾਲ ਲੈ ਗਏ ਹੈ, ਇੱਕ ਹਸਪਤਾਲ ਆਲਰੇਡੀ ਐਡਮਿਟ ਹੈ, ਇੱਕ ਨੂੰ ਲੈ ਕੇ ਜਾ ਰਹੇ ਹਾਂ, ਔਰ ਲਾਸਟ ਦਾ ਪੋਸਟਮਾਰਟਮ ਅਸੀਂ ਕਰਵਾ ਰਹੇ ਹਾਂ। ਔਰ ਇਹਨਾਂ ਵੱਲੋਂ ਜੋ ਵੀ ਕੰਪਲੇਂਟ, ਜੋ ਵੀ ਬਿਆਨ ਲਿਖਾਇਆ ਜਾਊਗਾ, ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ। ਐਟ ਪ੍ਰੈਜੈਂਟ ਅਸੀਂ ਮਿੰਟੋ ਮਿੰਟ ਹੀ ਮਤਲਬ ਕਿ ਟੀਮਾਂ ਬਣਾ ਕੇ, ਅਤੇ ਜਿੰਨੇ ਵੀ ਦੋਸ਼ੀ ਸਾਡੇ ਕੋਲ ਫੜੇ ਜਾਂਦੇ ਨੇ ਉਹਨਾਂ ਨੂੰ ਅਸੀਂ ਅਰੈਸਟ ਵਿੱਚ ਲਿਆ, ਹਿਰਾਸਤ ਵਿੱਚ ਲਿਆ ਵਾ, ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਏਗੀ। ਜਿਹਦੇ ਉੱਤੇ ਕੋਈ ਕਾਰਵਾਈ, ਕੋਈ ਗੱਲਬਾਤ ਬਣਦੀ ਹੋਏਗੀ, ਉਹਨਾਂ ਨੂੰ ਆਪਣਾ ਪ੍ਰੋਸੀਜਰ ਦੇ ਤਹਿਤ ਜਿਹੜਾ ਆਪਣਾ ਅਰੈਸਟ ਕੀਤਾ ਜਾਏਗਾ, ਔਰ ਜਿਹਦਾ ਰੋਲ ਨਹੀਂ ਬਣਦਾ ਹੋਏਗਾ ਉਹਨੂੰ ਰਿਲੀਜ਼ ਕੀਤਾ ਜਾਏਗਾ। ਝਗੜਾ ਹੋਣ ਦਾ ਕਾਰਨ ਕੀ ਰਿਹਾ ਜੀ? ਝਗੜਾ ਹੋਣ ਦਾ ਕਾਰਨ ਇਹਨਾਂ ਦਾ ਪਰਿਵਾਰਕ ਕਲੇਸ਼ ਆ ਜੀ। ਪਹਿਲਾਂ ਵੀ ਇਹਨਾਂ ਦੇ ਆਪਸ ਦੇ ਵਿੱਚ 1.5 ਸਾਲ ਪਹਿਲਾਂ ਦਾ ਆਪਸ 'ਚ ਕ੍ਰਾਸ ਪਰਚਾ ਹੈਗਾ ਵਾ, ਉਹਦੇ ਵਿੱਚ ਇਹ ਹਾਈਕੋਰਟ ਵੱਲੋਂ ਜ਼ਮਾਨਤਾਂ 'ਤੇ ਸੀਗੇ, ਅਤੇ ਉਹੀ ਪੁਰਾਣੀ ਵਜ੍ਹਾ ਰੰਗਸ਼ ਜਿਹੜੀ ਆ ਉਹ ਕੰਟੀਨਿਊ ਚੱਲਦੀ। ਅਤੇ ਸਰ ਕਿੰਨੇ ਜਣਿਆਂ ਨੇ ਹਮਲਾ ਕੀਤਾ? ਇਹ ਜੀ ਅਜੇ ਬਿਆਨ ਲਿਖਾਏ ਨਹੀਂ ਜੀ, ਸਾਡੇ ਤਫਤੀਸ਼ ਹੈ ਜੀ, ਮੁੱਢਲੀ ਤਫਤੀਸ਼ ਹੈ ਜੀ, ਮਤਲਬ ਕਿ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਸਮੇਂ ਸਿਰ ਕਾਰਵਾਈ ਜਿੰਨੀ ਹੋ ਸਕਦੀ ਹੈ ਉਹਨੂੰ ਅਸੀਂ ਅਮਲ 'ਚ ਲਿਆ ਰਹੇ ਹਾਂ, ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਏ। ਜਿਸ ਤਰ੍ਹਾਂ ਦੇ ਬਿਆਨ ਲਿਖਾਉਣਗੇ, ਅਜੇ ਸਾਨੂੰ ਕੁਛ ਨਹੀਂ ਪਤਾ ਵੀ ਇਹਨਾਂ ਨੇ ਆਈ ਵਿਟਨੈਸ ਨੂੰ ਅਸੀਂ ਆਪਣੇ ਉਹਨਾਂ ਦਾ ਬਿਆਨ ਲਿਆ ਜਾਏਗਾ, ਜਿਹੜੇ ਮੌਕੇ 'ਤੇ ਹਾਜ਼ਰ ਸੀਗੇ ਜਿਹਨਾਂ ਦੇ ਸੱਟਾਂ ਵਜੋਂ ਉਹਨਾਂ ਦੇ ਬਿਆਨ ਲਏ ਜਾਣਗੇ, ਬਿਆਨ ਦੇ ਮੁਤਾਬਕ ਹੀ ਅਗਲੀ ਕਾਰਵਾਈ ਅਮਲ 'ਚ ਲਿਆ। ਧੰਨਵਾਦ।